ਅੱਜ ਦੀਆਂ ਖਬਰਾਂ ਬਲਾਈਏ ਤੇ ਜੀ ਐਫ ਕੇ ਜੋਨਫ ਕੈਨੇਡੀ এয়ারਪੋਰਟ ਟਰਮੀਨਲ 1 ਤੋਂ ਖਬਰ ਆ ਰਹੀ ਆ ਪਾਵਰ ਡਿਸਟਰਪਸ਼ਨ ਕਰਕੇ ਉਹ ਟਰਮੀਨਲ ਅੱਜ ਬੰਦ ਹੈ ਤੇ ਉਹਦੇ ਕਰਕੇ ਬਹੁਤ ਸਾਰੀਆਂ ਜੋ ਫਲਾਈਟਸ ਆ ਉਹਨਾਂ ਨੂੰ ਉਹ ਉਹਨਾਂ ਦੇ ਉੱਤੇ ਅਸਰ ਪੈ ਰਿਹਾ ਹੈ ਇਲੈਕਟ੍ਰੀਕਲ ਇਸ਼ੂਸ ਕਰਕੇ ਉਹ ਜੋ ਟਰਮੀਨਲ ਆ ਜੋਨ ਐਫ ਕੈਨੇਡੀ এয়ারਪੋਰਟ ਦੇ ਉੱਤੇ ਉਸ ਨੂੰ ਬੰਦ ਕਰ ਦਿੱਤਾ ਗਿਆ ਹੈ ਏਅਰ ਨਿਊਜ਼ੀਲੈਂਡ ਫਲਾਈਟ ਉਥੋਂ ਆਕਲੈਂਡ ਤੋਂ ਆਦੀ ਆ ਉਹਨੂੰ ਜਿਹੜਾ ਰਿਟਰਨ ਕਰ ਦਿੱਤਾ ਗਿਆ ਸੀ ਸੋ ਬਹੁਤ ਸਾਰੀਆਂ ਫਲਾਈਟਾਂ ਦੇ ਉੱਤੇ ਅਸਰ ਪੈ ਰਿਹਾ ਹੈਗਾ ਟਰਮੀਨਲ 4 ਤੇ ਕਹਿੰਦੇ ਫਲਾਈਟਸ ਜਾ ਰਹੀਆਂ ਆ 31 ਫਲਾਈਟਸ ਆਲਰੇਡੀ ਕੈਨਸਲ ਹੋ ਚੁੱਕੀਆਂ 45 ਦੇ ਕਰੀਬ ਆਲਰੇਡੀ ਡਿਲੇ ਹੋ ਚੁੱਕੀਆਂ ਆ ਸੋ ਜੇ ਕੋਈ ਨਿਊਯਾਰਕ ਕਿਸੇ ਦੀ ਜਿਹੜੀ ਫਲਾਈਟ ਚੇਂਜ ਹੋਣੀ ਆ ਜਾਂ ਨਿਊਯਾਰਕ ਜੌਨ ਐਫ ਕੈਨੇਡੀ ਅਰਪੋਰਟ ਥਰੂ ਜਾਣਾ ਆ ਤੋ ਜਰੂਰ ਉਹਨਾਂ ਦੇ ਜਿਹੜਾ ਸਕੇਜੂਲ ਆ ਉਹਦੇ ਉੱਤੇ ਫਰਕ ਪਊਗਾ ਅੱਜ ਦੀਆਂ ਖਬਰਾਂ ਵਾਂ ਲਾਈਏ ਤੇ ਜੀ ਐਫ ਕੇ ਜੌਨ ਐਫ ਕੈਨੇਡੀ ਅਰਪੋਰਟ ਟਰਮੀਨਲ 1 ਤੋਂ ਖਬਰ ਆ ਰਹੀ ਆ ਪਾワー ਡਿਸਟਰਪਸ਼ਨ ਕਰਕੇ ਉਹ ਟਰਮੀਨਲ ਅੱਜ ਬੰਦ ਹੈ ਤੇ ਉਹਦੇ ਕਰਕੇ ਬਹੁਤ ਸਾਰੀਆਂ ਜੋ ਫਲਾਈਟਸ ਆ ਉਹਨਾਂ ਨੂੰ ਉਹ ਉਹਨਾਂ ਦੇ ਉੱਤੇ ਅਸਰ ਪੈ ਰਿਹਾ ਹੈ ਅ ਇਲੈਕਟ੍ਰੀਕਲ ਇਸ਼ੂਸ ਕਰਕੇ ਉਹ ਜੋ ਟਰਮੀਨਲ ਆ ਯੋਨ ਐਫ ਕੈਨੇਡੀ ਅਰਪੋਰਟ ਦੇ ਉੱਤੇ ਉਸ ਨੂੰ ਬੰਦ ਕਰ ਦਿੱਤਾ ਗਿਆ ਆ ਏਅਰ ਨਿਊਜ਼ੀਲੈਂਡ ਫਲਾਈਟ ਉਥੋਂ ਆਕਲੈਂਡ ਤੋਂ ਆਂਦੀ ਆ ਉਹਨੂੰ ਜਿਹੜਾ ਰਿਟਰਨ ਕਰ ਦਿੱਤਾ ਗਿਆ ਸੀ ਸੋ ਬਹੁਤ ਸਾਰੀਆਂ ਫਲਾਈਟਾਂ ਦੇ ਉੱਤੇ ਅਸਰ ਪੈ ਰਿਹਾ ਹੈਗਾ ਟਰਮੀਨਲ 4 ਤੇ ਕਹਿੰਦੇ ਫਲਾਈਟਸ ਜਾ ਰਹੀਆਂ ਆ 31 ਫਲਾਈਟਸ ਆਲਰੇਡੀ ਕੈਨਸਲ ਹੋ ਚੁੱਕੀਆਂ 45 ਦੇ ਕਰੀਬ ਆਲਰੇਡੀ ਡਿਲੇ ਹੋ ਚੁੱਕੀਆਂ ਆ ਸੋ ਜੇ ਕੋਈ ਨਿਊਯਾਰਕ ਕਿਸੇ ਦੀ ਜਿਹੜੀ ਫਲਾਈਟ ਚੇਂਜ ਹੋਣੀ ਆ ਜਾਂ ਨਿਊਯਾਰਕ ਜੌਨ ਐਫ ਕੈਨੇਡੀ ਅਰਪੋਰਟ ਥਰੂ ਜਾਣਾ ਆ ਤਾਂ ਜ਼ਰੂਰ ਉਹਨਾਂ ਦੇ ਜਿਹੜਾ ਸਕੇਜੂਲ ਆ ਉਹਦੇ ਉੱਤੇ ਫਰਕ ਪਊਗਾ ਅੱਜ ਦੀਆਂ ਖਬਰਾਂ ਵਾਂ ਲਾਈਏ ਤੇ ਜੀ ਐਫ ਕੇ ਜੌਨ ਐਫ ਕੈਨੇਡੀ ਅਰਪੋਰਟ ਟਰਮੀਨਲ 1 ਤੋਂ ਖਬਰ ਆ ਰਹੀ ਆ ਵੀ ਪਾਵਰ ਡਿਸਟਰਪਸ਼ਨ ਕਰਕੇ ਉਹੋ ਟਰਮੀਨਲ ਅੱਜ ਬੰਦ ਆ ਤੇ ਉਹਦੇ ਕਰਕੇ ਬਹੁਤ ਸਾਰੀਆਂ ਜੋ ਫਲਾਈਟਸ ਆ ਉਹਨਾਂ ਨੂੰ ਉਹ ਉਹਨਾਂ ਦੇ ਉੱਤੇ ਅਸਰ ਪੈ ਰਿਹਾ ਆ ਇਲੈਕਟ੍ਰੀਕਲ ਇਸ਼ੂਸ ਕਰਕੇ ਉਹ ਜੋ ਟਰਮੀਨਲ ਆ ਯੋਨ ਐਫ ਕੈਨੇਡੀ এয়ারਪੋਰਟ ਦੇ ਉੱਤੇ ਉਸ ਨੂੰ ਬੰਦ ਕਰ ਦਿੱਤਾ ਗਿਆ ਆ ਏਅਰ ਨਿਊਜ਼ੀਲੈਂਡ ਫਲਾਈਟ ਉਥੋਂ ਆਕਲੈਂਡ ਤੋਂ ਆਂਦੀ ਆ ਉਹਨੂੰ ਜਿਹੜਾ ਰਿਟਰਨ ਕਰ ਦਿੱਤਾ ਗਿਆ ਸੀ ਸੋ ਬਹੁਤ ਸਾਰੀਆਂ ਫਲਾਈਟਾਂ ਦੇ ਉੱਤੇ ਅਸਰ ਪੈ ਰਿਹਾ ਹੈਗਾ ਟਰਮੀਨਲ 4 ਤੇ ਕਹਿੰਦੇ ਫਲਾਈਟਸ ਜਾ ਰਹੀਆਂ ਆ 31 ਫਲਾਈਟਸ ਆਲਰੇਡੀ ਕੈਨਸਲ ਹੋ ਚੁੱਕੀਆਂ 45 ਦੇ ਕਰੀਬ ਆਲਰੇਡੀ ਡਿਲੇ ਹੋ ਚੁੱਕੀਆਂ ਆ ਸੋ ਜੇ ਕੋਈ ਨਿਊਯਾਰਕ ਕਿਸੇ ਦੀ ਜਿਹੜੀ ਫਲਾਈਟ ਚੇਂਜ ਹੋਣੀ ਆ ਜਾਂ ਨਿਊਯਾਰਕ ਜੌਨ ਐਫ ਕੈਨੇਡੀ ਅਰਪੋਰਟ ਥਰੂ ਜਾਣਾ ਆ ਤਾਂ ਜ਼ਰੂਰ ਉਹਨਾਂ ਦੇ ਜਿਹੜਾ ਸਕੇਡਿਊਲ ਆ ਉਹਦੇ ਉੱਤੇ ਫਰਕ ਪਊਗਾ